ਪਿਛਲੀ ਵੀਡੀਓ ਦੇ ਵਿੱਚ ਆਪਾਂ ਅੰਬੀਰ ਫੋਰਟ ਵਿੱਚ ਬਣੇ ਕੇਸਰ ਦੇ ਬਾਗ ਨੂੰ ਦੇਖਿਆ ਸੀ। ਆਓ ਹੁਣ ਆਪਾਂ ਦੇਖਦੇ ਹਾਂ ਦੁਨੀਆ ਸਭ ਤੋਂ ਵੱਡਾ ਗੀਜ਼ਰ। ਇਸ ਗੀਜ਼ਰ ਦੇ ਵਿੱਚ ਜਿਹੜਾ ਆਪਾਂ ਸਕਰੀਨ 'ਤੇ ਦੇਖ ਸਕਦੇ ਹਾਂ, ਇਸ ਵਿੱਚ ਰਾਣੀਆਂ ਦੇ ਨਹਾਉਣ ਦੇ ਲਈ ਪਾਣੀ ਗਰਮ ਕੀਤਾ ਜਾਂਦਾ ਸੀ। ਅੰਦਰ ਕੋਪਰ ਦੀ ਪਲੇਟ ਲੱਗੀ ਹੁੰਦੀ ਸੀ, ਥੱਲੇ ਲੱਕੜਾਂ ਜਲਾਈਆਂ ਜਾਂਦੀਆਂ ਸਨ। ਲੱਕੜਾਂ ਨਾਲ ਕੋਪਰ ਦੀ ਪਲੇਟ ਗਰਮ ਹੁੰਦੀ ਸੀ ਅਤੇ ਜਿਸ ਨਾਲ ਪਾਣੀ ਅੰਦਰ ਜਿਹੜਾ ਹੁੰਦਾ ਸੀ ਉਹ ਗਰਮ ਹੋ ਜਾਂਦਾ ਸੀ। ਹੁਣ ਆਪਾਂ ਦੇਖਾਂਗੇ ਉਸ ਜਗ੍ਹਾ ਨੂੰ ਜਿਸ ਜਗ੍ਹਾ ਤੋਂ ਪਾਣੀ ਇਸ਼ਨਾਨ ਲਈ ਰਾਣੀਆਂ ਦੇ ਕੱਢਿਆ ਜਾਂਦਾ ਸੀ। ਹੁਣ ਆਪਾਂ ਐਂਟਰ ਹੋ ਚੁੱਕੇ ਹਾਂ ਰਾਣੀਆਂ ਦੇ ਚੇਂਜਿੰਗ ਰੂਮ ਦੇ ਵਿੱਚ। ਇਸ ਦੀ ਛੱਤ ਉੱਪਰ ਧਿਆਨ ਨਾਲ ਦੇਖਣ 'ਤੇ ਆਪਾਂ ਨੂੰ ਪਤਾ ਲੱਗਦਾ ਕਿ ਇਸ ਉੱਪਰ ਡਾਇਮੰਡ ਕੱਟ ਡਿਜ਼ਾਇਨ ਯੂਜ਼ ਕੀਤਾ ਹੋਇਆ, ਜੋ ਕਿ ਦੇਖਣ ਵਿੱਚ ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾ। ਆਓ ਹੁਣ ਆਪਾਂ ਦੇਖਦੇ ਹਾਂ ਉਸ ਜਗ੍ਹਾ ਜਿਸ ਵਿੱਚੋਂ ਗਰਮ ਪਾਣੀ ਅਤੇ ਠੰਡਾ ਪਾਣੀ ਰਾਣੀਆਂ ਦੇ ਇਸ਼ਨਾਨ ਲਈ ਕੱਢਿਆ ਜਾਂਦਾ ਸੀ। ਜਿਹੜਾ ਆਪਾਂ ਟੈਂਕ ਦੇਖ ਸਕਦੇ ਹਾਂ, ਇਸ ਵਿੱਚ ਠੰਡਾ ਪਾਣੀ ਹੁੰਦਾ ਸੀ ਅਤੇ ਜਿਹੜਾ ਇਹ ਵਾਲਾ ਟੈਂਕ ਹੈ, ਇਸ ਵਿੱਚ ਗੀਜ਼ਰ ਥਰੂ ਜਿਹੜਾ ਗਰਮ ਪਾਣੀ ਸੀ ਉਹ ਆਉਂਦਾ ਸੀ। ਇਸ ਵਿੱਚ ਇਸ ਪਾਈਪ 'ਚੋਂ ਗਰਮ ਪਾਣੀ ਅਤੇ ਇਸ ਪਾਈਪ 'ਚੋਂ ਠੰਡਾ ਪਾਣੀ ਰਾਣੀਆਂ ਦੇ ਇਸ਼ਨਾਨ ਲਈ ਯੂਜ਼ ਕੀਤਾ ਜਾਂਦਾ ਸੀ। ਉਸ ਸਮੇਂ ਦੇ ਵਿੱਚ ਤੁਸੀਂ ਸੋਚ ਸਕਦੇ ਹੋ ਕਿ ਉਸ ਸਮੇਂ ਵਿੱਚ ਰਾਣੀਆਂ ਦੀ ਸਹੂਲਤ ਦੇ ਲਈ ਬਾਥ ਟੱਬ ਵੀ ਬਣਾਇਆ ਗਿਆ ਸੀ। ਰਾਣੀਆਂ ਬਾਥ ਟੱਬ ਦੇ ਵਿੱਚ ਇਸ਼ਨਾਨ ਕਰਦੀਆਂ, ਫਿਰ ਸੂਰਜ ਦੀ ਰੌਸ਼ਨੀ ਲੈਂਦੀਆਂ ਅਤੇ ਆਪਣੇ ਚੇਂਜਿੰਗ ਰੂਮ ਵੱਲ ਚਲੀਆਂ ਜਾਂਦੀਆਂ ਸਨ। ਇਹ ਆਪਾਂ ਬਾਥ ਟੱਬ ਦੇਖ ਸਕਦੇ ਹਾਂ ਜੋ ਕਿ ਰਾਣੀਆਂ ਦੇ ਲਈ ਬਣਾਇਆ ਗਿਆ ਸੀ। ਆਪਾਂ ਦੇਖ ਸਕਦੇ ਹਾਂ ਕਿ ਉਸ ਸਮੇਂ ਵੀ ਰਾਣੀਆਂ ਨੂੰ ਬਹੁਤ ਸਾਰੀਆਂ ਫੈਸਿਲਿਟੀਜ਼ ਰਾਜੇ ਦਿੰਦੇ ਸਨ, ਜੋ ਕਿ ਅੱਜ ਦੀ ਆਪਾਂ ਮਾਡਰਨ ਲਾਈਫ ਦੇ ਵਿੱਚ ਯੂਜ਼ ਕਰਦੇ ਹਾਂ। ਇਹ ਜੀ ਰਾਣੀ ਦਾ ਟੋਇਲਟ ਸੀਗਾ ਉਸ ਸਮੇਂ। ਤੁਸੀਂ ਦੇਖ ਸਕਦੇ ਹੋ ਕਾਫੀ ਵਕੇਸ਼ਨਸ ਦੇ ਕਰਕੇ ਟੂਰਿਸਟ ਇੱਥੇ ਆਏ ਹੋਏ ਨੇ। ਹੁਣ ਤੁਸੀਂ ਦੇਖ ਸਕਦੇ ਹੋ ਜੀ ਗਣੇਸ਼ ਪੋਲ। ਇਹਦੇ ਵਿੱਚ ਜਿਹੜੇ ਤੁਸੀਂ ਸਾਰੀ ਮੀਨਾਕਾਰੀ ਦੇਖ ਰਹੇ ਹੋ, ਇਹਦੇ ਵਿੱਚ ਵੈਜੀਟੇਬਲ ਕਲਰਸ ਜਿਹੜੇ ਆਪਾਂ ਸਬਜ਼ੀਆਂ ਦੇ ਵਿੱਚ ਯੂਜ਼ ਕਰਦੇ ਹਾਂ ਕਲਰਸ ਦੀ, ਉਹਨਾਂ ਦਾ ਪ੍ਰਯੋਗ ਕਰਕੇ ਸਾਰਾ ਡਿਜ਼ਾਈਨ ਬਣਾਏ ਗਏ ਨੇ ਜੀ। ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਮੀਨਾਕਾਰੀ ਇੱਥੇ ਕੀਤੀ ਹੋਈ ਹੈ। ਕਾਲੀ ਬਣੀ ਹੈ, ਉਹ ਮੁਗਲ ਸੈਲੀ ਸੇ ਬਣੀ ਹੋਈ ਹੈ। ਅੱਛਾ ਜੀ। ਜਬ ਰਾਜਾ 3 ਸੇ 4 ਮਹੀਨੇ ਕੇ ਲਈ ਯੁੱਧ ਕੇ ਲਈ ਬਾਹਰ ਚਲੇ ਜਾਤੇ ਥੇ ਤੋ ਰਾਣੀ ਵਾ ਅਖੰਡ ਇੱਕ ਦੀਪਕ ਕੀ ਜੋਤ ਜਲਾਤੀ ਥੀ। ਸੈਂਟਰ ਵਾਲੇ ਮੈਂ ਜੀ, ਦੋਨੋ ਰੂਮ ਬਣੇ ਹੋਏ ਉਨੀ ਕੇ। ਅੱਛਾ ਜੀ। ਅਖੰਡ ਦੀਪਕ ਕੀ ਜੋਤ ਜਲਾਤੀ ਥੀ ਔਰ ਆਪਣੀ ਸੁਆ ਕੇ ਲਈ ਦੁਆ ਕਰਤੇ ਥੇ ਵਾ ਇਸ ਪੈਲੇਸ ਮੇ ਸਹੀ ਲੋ। ਜਬ ਰਾਜਾ ਪੈਲੇਸ ਮੇ ਲੋਟਤੇ ਥੇ ਵਾਪਿਸ ਤੋ ਵਹੀ ਸੇ ਉਨਕਾ ਵੋ ਸਵਾਗਤ ਕੀਆ ਕਰਤੀ ਥੀ। ਪੀਛੇ ਬਲੈਕ ਪਰਦਾ ਲਗਾ ਹੋਤਾ ਥਾ, ਬਾਕੀ ਬਾਹਰ ਸੇ ਕੋਈ ਰਾਣੀਓ ਕੋ ਦੇਖ ਨਹੀਂ ਪਾਏ ਕਿਉਂਕਿ ਦੀਵਾਨੇ ਆਮ ਵੀ ਉਹ ਸੁਣ ਲੈਂਦੇ ਸੀ। ਹੁਣ ਆਪਾਂ ਦੇਖ ਸਕਦੇ ਹਾਂ ਜੀ ਇਸ ਪੱਥਰ ਤੇ ਬਣੀ ਹੋਈ ਪੇਂਟਿੰਗ ਨੂੰ, ਜੋ ਕਿ ਬਾਹਰੋਂ ਹੋਰ ਤਰ੍ਹਾਂ ਦੀ ਦਿਖਦੀ ਹੈ ਅਤੇ ਜਦੋਂ ਆਪਾਂ ਅੰਦਰ ਆ ਕੇ ਦੇਖਦੇ ਹਾਂ ਤਾਂ ਇਹ ਹੋਰ ਤਰ੍ਹਾਂ ਦੀ ਦਿਖਦੀ ਹੈ। ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਇਸ ਵਿੱਚ 24 ਕੈਰੇਟ ਗੋਲਡ ਦਾ ਯੂਜ਼ ਕੀਤਾ ਗਿਆ ਸੀ ਇਸ ਨੂੰ ਬਣਾਉਣ ਲਈ ਜੀ। ਜਿਹੜਾ ਆਪਾਂ ਰੈਂਪ ਦੇਖ ਸਕਦੇ ਹਾਂ, ਇਸ ਨੂੰ ਬਹੁਤ ਹੀ ਖਾਸ ਮਕਸਦ ਦੇ ਲਈ ਰਾਜੇ ਵੱਲੋਂ ਬਣਾਇਆ ਗਿਆ ਸੀ। ਇਹ ਰੈਂਪ ਕਿਉਂ ਬਣਾਇਆ ਗਿਆ ਸੀ ਇਸ ਬਾਰੇ ਵੀ ਅਸੀਂ ਤੁਹਾਨੂੰ ਵੀਡੀਓ ਵਿੱਚ ਦੱਸਾਂਗੇ। ਜੇਕਰ ਹੁਣ ਤੱਕ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਆਪਣੇ ਦੋਸਤਾਂ ਨਾਲ, ਰਿਸ਼ਤੇਦਾਰਾਂ ਦੇ ਨਾਲ। ਜੇਕਰ ਤੁਸੀਂ ਹਾਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ ਦਬਾ ਕੇ ਆਲ 'ਤੇ ਪ੍ਰੈਸ ਕਰ ਲਿਓ ਤਾਂ ਕਿ ਜਦੋਂ ਵੀ ਅਸੀਂ ਨਵੀਂ ਵੀਡੀਓ ਅਪਲੋਡ ਕਰੀਏ ਤਾਂ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਜੀ। ਹੁਣ ਆਪਾਂ ਜੀ ਅੰਬੇਰ ਪੈਲਸ ਦੇ ਉੱਪਰ ਹਾਂ ਅਤੇ ਆਪਾਂ ਨੀਚੇ ਦੇਖ ਸਕਦੇ ਹਾਂ ਕੇਸਰ ਬਾਗ, ਜਿਸ ਦੀ ਹਿਸਟਰੀ ਆਪਾਂ ਪਿਛਲੀ ਵੀਡੀਓ ਵਿੱਚ ਦੇਖੀ ਸੀ।
ਇੱਥੋਂ ਜਦੋਂ ਵੀ ਕੋਈ ਜਾਨਵਰ ਮਤਲਬ ਪਾਣੀ ਪੀਣ ਆਉਂਦਾ ਸੀ ਤਾਂ ਰਾਜਾ ਉਸ ਦਾ ਸ਼ਿਕਾਰ ਕਰ ਲੈਂਦਾ ਸੀ ਅਤੇ ਆਪਣਾ ਰੁਤਬਾ ਵਧਾਉਂਦਾ ਸੀ ਆਪਣੀਆਂ ਰਾਣੀਆਂ ਦੇ ਅੱਗੇ। ਤੁਸੀਂ ਦੇਖ ਸਕਦੇ ਹੋ ਉੱਪਰੋਂ ਬਹੁਤ ਸੋਹਣੇ ਵਿਊਜ਼ ਮਿਲਦੇ ਨੇ ਜੀ। ਹੁਣ ਆਪਾਂ ਦੇਖਾਂਗੇ ਜੀ ਉਹ ਵਿੰਡੋ ਜਿਹੜੀ ਆਪਾਂ ਨੀਚੋਂ ਖੜ ਕੇ ਦੇਖੀ ਸੀ। ਇਸ ਵਿੱਚ ਹੀ ਰਾਣੀ ਜਦੋਂ ਵੀ ਰਾਜਾ ਬਾਹਰ ਜਾਂਦਾ ਸੀ ਕੋਈ ਯੁੱਧ ਦੇ ਦੌਰਾਨ ਤਾਂ ਇਸ ਵਿੱਚ ਅਖੰਡ ਜੋਤ ਪ੍ਰਕਾਸ਼ਿਤ ਕਰਦੀ ਸੀ ਅਤੇ ਜੇਕਰ ਰਾਣੀ ਨੇ ਦੀਵਾਨੇ ਆਮ ਦੇਖਣਾ ਹੁੰਦਾ ਸੀ ਤਾਂ ਉਹ ਵੀ ਇਸ ਜਗ੍ਹਾ ਤੋਂ ਹੀ ਬੈਠ ਕੇ ਦੇਖ ਲੈਂਦੇ ਸਨ। ਜਦੋਂ ਰਾਣੀਆਂ ਬਹੁਤ ਜ਼ਿਆਦਾ ਭਾਰੀ ਕੱਪੜੇ ਅਤੇ ਗਹਿਣੇ ਪਾ ਲੈਂਦੀਆਂ ਸਨ ਤਾਂ ਉਹਨਾਂ ਨੂੰ ਤੁਰਨ ਵਿੱਚ ਮੁਸ਼ਕਿਲ ਆਉਂਦੀ ਸੀ। ਇਸੇ ਲਈ ਉਹਨਾਂ ਦੀਆਂ ਦਾਸੀਆਂ ਉਹਨਾਂ ਨੂੰ ਵੀਲਚੇਅਰ 'ਤੇ ਬਿਠਾਉਂਦੀਆਂ ਅਤੇ ਇਸ ਰੈਂਪ ਤੋਂ ਸਲਾਈਡ ਕਰਦੀਆਂ ਹੋਈਆਂ ਥੱਲੇ ਦਰਬਾਰ ਵਿੱਚ ਲੈ ਕੇ ਜਾਂਦੀਆਂ ਸਨ। ਉਹ ਜਿਹੜੇ ਵੀ ਵੀਲਚੇਅਰ ਦੀ ਯੂਜ਼ ਕਰਦੇ ਸਨ ਆਪਾਂ ਉਸ ਨੂੰ ਵੀ ਦੇਖਾਂਗੇ। ਇਸ ਲਈ ਸਾਡੇ ਨਾਲ ਪੂਰੀ ਵੀਡੀਓ ਦੇ ਐਂਡ ਤੱਕ ਬਣੇ ਰਹੋ ਜੀ। ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ। ਜੀ ਹੁਣ ਆਪਾਂ ਦੇਖਦੇ ਹਾਂ ਦੁਨੀਆ ਦਾ ਸਭ ਤੋਂ ਵੱਡਾ ਸ਼ੀਸ਼ ਮਹਿਲ, ਜਿਸ ਦਾ ਨਿਰਮਾਣ ਬਹੁਤ ਹੀ ਅਜਬ ਜਿਹੀ ਕਹਾਣੀ ਨਾਲ ਹੋਇਆ ਸੀ। ਰਾਣੀਆਂ ਨੇ ਰਾਜੇ ਅੱਗੇ ਡਿਮਾਂਡ ਕੀਤੀ ਕਿ ਉਹਨਾਂ ਨੇ ਦਿਨ ਵਿੱਚ ਤਾਰੇ ਦੇਖਣੇ ਹਨ। ਇਸ ਲਈ ਰਾਜੇ ਨੇ ਇਸ ਬਹੁਤ ਹੀ ਖੂਬਸੂਰਤ ਸ਼ੀਸ਼ ਮਹਿਲ ਦਾ ਨਿਰਮਾਣ ਸ਼ੁਰੂ ਕੀਤਾ ਅਤੇ ਪੂਰਾ ਕਰਵਾ ਦਿੱਤਾ। ਜਦੋਂ ਵੀ ਇਸ ਸ਼ੀਸ਼ ਮਹਿਲ ਦੇ ਵਿੱਚ ਮਸ਼ਾਲ ਜਲਾਈ ਜਾਂਦੀ ਹੈ ਤਾਂ ਸ਼ੀਸ਼ਿਆਂ ਨਾਲ ਇੱਦਾਂ ਉਸਦੀ ਪਿਕਚਰ ਬਣਦੀ ਹੈ ਪੂਰੇ ਸ਼ੀਸ਼ ਮਹਿਲ ਦੇ ਵਿੱਚ ਕਿ ਇੱਦਾਂ ਲੱਗਦਾ ਹੈ ਕਿ ਛੱਤ ਉੱਪਰ ਤਾਰੇ ਆ ਚੁੱਕੇ ਹਨ ਅਤੇ ਤਾਰੇ ਹੋਣ ਦਾ ਅਹਿਸਾਸ ਦਿਨ ਵਿੱਚ ਹੀ ਹੋ ਜਾਂਦਾ ਹੈ। ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਸ਼ੀਸ਼ ਮਹਿਲ ਇਹ ਬਣਿਆ ਹੋਇਆ ਜੀ। ਆਓ ਜੀ ਹੁਣ ਆਪਾਂ ਦੇਖਦੇ ਹਾਂ ਮੁਗਲ ਗਾਰਡਨ, ਜੋ ਕਿ ਅੰਬੇਰ ਫੋਰਟ ਵਿੱਚ ਹੀ ਬਣਿਆ ਹੋਇਆ ਹੈ। ਬਹੁਤ ਸ਼ਾਂਤੀ ਹੈ ਜੀ ਇਸ ਗਾਰਡਨ ਦੇ ਵਿੱਚ ਅਤੇ ਇਸਦਾ ਪੂਰਾ ਨਕਸ਼ਾ ਇੱਕ ਚੰਦਨ ਦੀ ਲੱਕੜ ਉੱਪਰ ਹਾਥੀ ਦੰਦਾਂ ਨਾਲ ਤਿਆਰ ਕੀਤਾ ਹੋਇਆ। ਆਓ ਆਪਾਂ ਉਹ ਵੀ ਦੇਖਦੇ ਹਾਂ। ਹੁਣ ਆਪਾਂ ਦੇਖ ਸਕਦੇ ਹਾਂ ਜੀ ਸੁੱਖ ਮੰਦਰ, ਜੋ ਕਿ ਅੰਬੇਰ ਫੋਰਟ ਵਿੱਚ ਹੀ ਬਣਿਆ ਹੋਇਆ ਹੈ। ਇਸ ਦੀ ਆਪਾਂ ਹਿਸਟਰੀ ਪੜ੍ਹ ਸਕਦੇ ਹਾਂ ਅਤੇ ਕੁਛ ਟਾਈਮ ਅਗਰ ਆਪਾਂ ਸ਼ਾਂਤੀ ਲੈਣੀ ਹੋਵੇ, ਰਿਲੈਕਸ ਕਰਨਾ ਹੋਵੇ ਤਾਂ ਇੱਥੇ ਕਰ ਸਕਦੇ ਹਾਂ ਜੀ। ਹੁਣ ਆਪਾਂ ਦੇਖ ਸਕਦੇ ਹਾਂ ਜੀ ਉਹ ਵੀਲ ਚੇਅਰ, ਜੋ ਕਿ ਯੂਜ਼ ਕੀਤੀ ਜਾਂਦੀ ਸੀ ਰਾਣੀਆਂ ਮਹਾਰਾਣੀਆਂ ਨੂੰ ਨੀਚੇ ਲਿਆਉਣ ਲਈ, ਜਦੋਂ ਕਿ ਉਹ ਬਹੁਤ ਸਾਰੇ ਗਹਿਣੇ ਬਹੁਤ ਹੈਵੀ ਵਸਤਰ ਪਾ ਲੈਂਦੇ ਸਨ। ਆਓ ਜੀ ਹੁਣ ਆਪਾਂ ਦੇਖਦੇ ਹਾਂ ਨੈਚੁਰਲ ਏਸੀ ਰੂਮ, ਜਿਸ ਦੇ ਸੈਂਟਰ ਵਿੱਚੋਂ ਇੱਕ ਝਰਨਾ ਵਹਿੰਦਾ ਸੀ ਅਤੇ ਇਸ ਝਰਨੇ ਦਾ ਸਾਰਾ ਪਾਣੀ ਮੁਗਲ ਗਾਰਡਨ ਦੇ ਵਿੱਚ ਜਾਂਦਾ ਸੀ। ਆਪਾਂ ਸੋਚ ਸਕਦੇ ਹਾਂ ਕਿ ਉਸ ਸਮੇਂ ਦੇ ਵਿੱਚ ਵੀ ਐਜਾ ਸਟਰਕਚਰ ਤਿਆਰ ਕੀਤਾ ਗਿਆ ਸੀ ਕਿ ਪੂਰਾ ਜਿਹੜਾ ਪਾਣੀ ਹੈ ਉਹਦਾ ਫੁੱਲ ਯੂਜ਼ ਹੋ ਸਕੇ ਅਤੇ ਪਾਣੀ ਦੀ ਇੱਕ ਬੂੰਦ ਵੀ ਵੇਸਟ ਨਾ ਹੋਵੇ। ਬਹੁਤ ਸੋਹਣਾ ਇਹ ਰੂਮ ਬਣਿਆ ਹੋਇਆ। ਤੁਸੀਂ ਅੰਬੇਰ ਫੋਰਟ ਦੇ ਵਿੱਚ ਆਓ ਤਾਂ ਇਸ ਨੂੰ ਦੇਖਣਾ ਨਾ ਭੁੱਲਿਓ ਜੀ। ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ। ਜਿਹੜਾ ਆਪਾਂ ਮੁਗਲ ਗਾਰਡਨ ਦੇਖ ਚੁੱਕੇ ਹਾਂ ਉਹਦਾ ਸਾਰਾ ਡਿਜ਼ਾਇਨ ਇਸ ਗੇਟ ਉੱਪਰ ਚਿੱਤਰਿਆ ਗਿਆ ਸੀ, ਪਰ ਪੀਪਲ ਨੇ ਜਿਹੜੇ ਆਪਣੇ ਟਰੈਵਲਰ ਸੀਗੇ ਇੱਥੇ ਲੋਕ ਸੀਗੇ ਉਹਨਾਂ ਨੇ ਕਾਫੀ ਖਰਾਬ ਕਰਤਾ ਅਤੇ ਕੁਛ ਹਿੱਸਾ ਇਹਦਾ ਬਚਿਆ ਅਤੇ ਇਹ ਸਾਰਾ ਹਾਥੀ ਦੇ ਦੰਦਾਂ ਦਾ ਬਣਿਆ ਹੋਇਆ ਸੀ। ਚੰਦਨ ਦੀ ਲੱਕੜ ਯੂਜ਼ ਕੀਤੀ ਗਈ ਸੀ ਇਸ ਦਰਵਾਜ਼ੇ ਦੇ ਲਈ, ਇਸ ਮੁਗਲ ਗਾਰਡਨ ਦੇ ਡਿਜ਼ਾਇਨ ਦੇ ਲਈ ਜੀ। ਹੁਣ ਆਪਾਂ ਦੇਖ ਸਕਦੇ ਹਾਂ ਮਾਨ ਸਿੰਘ ਪੈਲਸ, ਇਹ ਹੈ ਜੀ ਮਾਨ ਸਿੰਘ ਪੈਲਸ। ਬਾਹਰ ਕੀ ਸਾਈਡ 1.5 ਫੀਟ ਕੀ ਬਾਲਕਨੀ ਪਈ ਹੈ, ਯਹਾਂ ਰੋਸ਼ਨੀ ਕੇ ਲੀਏ ਇਸੇ ਨੀਚੇ ਕੀ ਔਰ ਲਗਾਇਆ ਗਿਆ। ਜਿਹੜਾ ਨਾ ਰਾਜਾ ਮਾਨ ਸਿੰਘ ਸੀਗਾ
ਇਹਦੀਆਂ 12 ਰਾਣੀਆਂ ਸੀਗੀਆਂ। ਇਹਨੇ 12 ਰਾਣੀਆਂ ਲਈ ਵੱਖੋ ਵੱਖਰੇ 12 ਕਮਰੇ ਬਣਾਏ ਹੋਏ ਸੀ। ਇਹਨਾਂ ਦੇ ਵਿੱਚ ਅਟੈਚ ਵਾਸ਼ਰੂਮ ਬਣੇ ਹੋਏ ਸੀਗੇ, ਜਿਹੜੀ ਪ੍ਰੋਪਰ ਹਵਾ ਦਾ ਪ੍ਰਬੰਧ ਕੀਤਾ ਗਿਆ ਸੀ। ਸਰਦੀਆਂ ਦੇ ਵਿੱਚ ਧੁੱਪ ਦਾ, ਲਾਈਟ ਦਾ, ਚਾਨਣ ਦਾ ਪ੍ਰਬੰਧ ਕੀਤਾ ਗਿਆ ਸੀ। ਯਾਨੀ ਬਹੁਤ ਸੋਹਣੇ 12 ਰੂਮ ਬਣਾਏ ਗਏ ਸੀ, ਇੱਕੋ ਜਿਹੇ 12 ਰੂਮ ਬਣੇ ਹੋਏ ਨੇ। ਇਹਨਾਂ 12 ਰੂਮਾਂ ਨੂੰ ਆਹ ਜਿਹੜਾ ਤੁਸੀਂ ਦੇਖ ਰਹੇ ਹੋ, ਇਹ ਸੀਕਰਟ ਰਸਤਾ ਸੀਗਾ, ਹਰੇਕ ਰੂਮ ਨੂੰ ਜਾਂਦਾ ਸੀ। ਰਾਜਾ ਕਦੋਂ ਕਿਸ ਰਾਣੀ ਕੋਲ ਜਾਂਦਾ ਆ, ਦੂਸਰੀ ਰਾਣੀ ਨੂੰ ਪਤਾ ਵੀ ਨਹੀਂ ਲੱਗਦਾ ਸੀ। ਇਸ ਤਰ੍ਹਾਂ ਇਹ ਜਿਹੜੇ ਸੀਕਰਟ ਰਸਤੇ ਸੀ ਡਿਜ਼ਾਈਨ ਕੀਤੇ ਗਏ ਸੀ। ਇਹ ਆ ਜੀ ਬਾਥ ਟੱਬ ਬਣਿਆ ਹੋਇਆ, ਰਾਜਾ ਮਾਨ ਸਿੰਘ ਦਾ ਮਹਿਲ ਹੈ ਜੀ, ਬਹੁਤ ਹੀ ਵੱਡਾ ਇਹ ਆਮੇਰ ਪੈਲਸ ਬਣਿਆ ਹੋਇਆ। ਤੁਹਾਨੂੰ 2-3 ਘੰਟੇ ਆਰਾਮ ਨਾਲ ਲੱਗ ਜਾਂਦੇ ਨੇ ਇਸ ਮਹਿਲ ਨੂੰ ਘੁੰਮਣ ਲਈ ਜੀ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ 12 ਰਾਣੀਆਂ ਸੀਗੀਆਂ ਰਾਜਾ ਮਾਨ ਸਿੰਘ ਜੀ ਦੀਆਂ, ਅਤੇ ਉਹਨਾਂ ਦੇ ਲਈ 12 ਕਮਰੇ ਦਾ ਨਿਰਮਾਣ ਕੀਤਾ ਗਿਆ ਸੀ, ਅਤੇ ਹਰੇਕ 12 ਕਮਰੇ ਦੇ ਲਈ ਸੀਕਰਟ ਦਰਵਾਜ਼ੇ ਸਨ। ਸੁਰੱਖਿਆ ਦੇ ਲਈ, ਰਾਣੀਆਂ ਦੀ ਸੁਰੱਖਿਆ ਦੇ ਲਈ ਕਿੰਨਰਾਂ ਨੂੰ ਅਪੁਆਇੰਟ ਕੀਤਾ ਗਿਆ ਸੀ ਤਾਂ ਕਿ ਉਹਨਾਂ ਦੀ ਸੁਰੱਖਿਆ ਹੋ ਸਕੇ। ਕੋਈ ਵੀ ਡਿਮਾਂਡ ਹੁੰਦੀ ਸੀ, ਕੋਈ ਗੇਮ ਖੇਡਣੀ ਹੁੰਦੀ ਸੀ ਰਾਣੀਆਂ ਨੇ, ਤਾਂ ਇਸ ਜਗ੍ਹਾ ਉੱਪਰ ਸੈਂਟਰ ਦੇ ਵਿੱਚ ਰਾਜੇ ਨੂੰ ਬਿਠਾ ਕੇ ਇਹਦੇ ਚਾਰੇ ਪਾਸੇ 12 ਰਾਣੀਆਂ ਨੂੰ ਬਿਠਾ ਦਿੱਤਾ ਜਾਂਦਾ ਸੀ ਜੀ। ਤੁਸੀਂ ਦੇਖ ਸਕਦੇ ਹੋ, ਹੁਣ ਆਪਾਂ ਦੇਖਦੇ ਹਾਂ ਜੀ ਉਹ ਸੁਰੰਗ ਜੋ ਕਿ ਜੈਗੜ ਫੋਰਟ ਨੂੰ ਕਨੈਕਟ ਕਰਦੀ ਹੈ। ਆਓ ਚੱਲਦੇ ਹਾਂ, ਬਣੇ ਰਹੋ ਸਾਡੇ ਨਾਲ ਪੂਰੀ ਵੀਡੀਓ ਦੇ ਵਿੱਚ ਜੀ। ਜੇਕਰ ਤੁਹਾਨੂੰ ਹੁਣ ਤੱਕ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਵੀਡੀਓ ਲਾਈਕ ਕਰ ਦਿਉ, ਆਪਣੇ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰਿਓ। ਕਮੈਂਟ ਵਿੱਚ ਜੇਕਰ ਤੁਹਾਡੀ ਕੋਈ ਸੁਜੈਸ਼ਨ ਹੈ ਉਹਨੂੰ ਜ਼ਰੂਰ ਲਿਖਿਓ ਜੀ। ਹੁਣ ਤੁਸੀਂ ਕੈਫੇ ਦੇਖ ਸਕਦੇ ਹੋ, ਕੈਫ ਕਾਫੀ ਡੇ, ਜਿੱਥੇ ਆਪਾਂ ਕੁਛ ਟਾਈਮ ਰਿਲੈਕਸ ਕਰ ਸਕਦੇ ਹਾਂ ਜੀ। ਆਪਾਂ ਚੱਲਦੇ ਹਾਂ ਇਸ ਤਰਫ, ਦੇਖਦੇ ਹਾਂ ਸੁਰੰਗ ਨੂੰ। ਇਹ ਜੀ ਐਂਟਰਟੇਨਮੈਂਟ ਦੇ ਲਈ ਮਿਊਜ਼ਿਕ ਪਲੇ ਕਰ ਰਹੇ ਨੇ, ਰਾਜਸਥਾਨੀ ਮਿਊਜ਼ਿਕ। ਇੱਧਰ ਜੀ ਕਠਪੁਤਲੀ ਡਾਂਸ ਹੁੰਦਾ ਹੈ, ਇਸ ਸਾਈਡ ਜਿਹੜਾ ਆਪਾਂ ਕਠਪੁਤਲੀ ਡਾਂਸ ਦੇਖਦੇ ਹਾਂ ਟੀਵੀ ਦੇ ਵਿੱਚ, ਉਹ ਆਪਾਂ ਇਸ ਜਗ੍ਹਾ 'ਤੇ ਰੀਅਲ ਲਾਈਫ 'ਚ ਦੇਖ ਸਕਦੇ ਹਾਂ। ਜੇ ਆਪਾਂ ਖਰੀਦਣੇ ਹੁਣ ਪਪੇਟਸ, ਕਠਪੁਤਲੀਆਂ ਨੂੰ ਪਪੇਟਸ ਬੋਲਦੇ ਹਾਂ ਇੰਗਲਿਸ਼ ਦੇ ਵਿੱਚ, ਅਤੇ ਇਹ ਪਪੇਟਸ ਜੇ ਆਪਾਂ ਖਰੀਦਣੇ ਹੋਣ ਤਾਂ ਖਰੀਦ ਸਕਦੇ ਹਾਂ ਜੀ ਇਸ ਜਗ੍ਹਾ ਜੀ। ਜੇਕਰ ਆਪਾਂ ਬੁੱਕਸ, ਪਰਫਿਊਮਸ, ਜਵੈਲਰੀ ਕੁਛ ਵੀ ਖਰੀਦਣਾ ਹੋਵੇ ਤਾਂ ਆਪਾਂ ਇੱਥੇ ਖਰੀਦ ਸਕਦੇ ਹਾਂ, ਰਾਜਸਥਾਨੀ ਰੋਇਲਟੀ ਦੇ ਨਾਲ, ਰਾਜਸਥਾਨੀ ਟੱਚ। ਇਸ ਜਗ੍ਹਾ 'ਤੇ ਆਪਾਂ ਜੇ ਕੁਛ ਲੈਣਾ ਹੋਵੇ ਤਾਂ ਆਪਾਂ ਲੈ ਸਕਦੇ ਹਾਂ। ਸੁਰੰਗ ਦਾ ਰਾਸਤਾ ਇਹ ਹੈ ਜੀ। ਹੁਣ ਆਪਾਂ ਜਾ ਰਹੇ ਟਨਲ ਜੋ ਕਿ ਜੈਗੜ ਫੋਰਟ ਵੱਲ ਨੂੰ ਜਾਂਦੀ ਹੈ, ਡਾਊਨ ਦਾ ਸਟੇਅਰਸ। ਥੋੜ੍ਹੀ ਤੁਹਾਨੂੰ ਧਿਆਨ ਨਾਲ ਇੱਥੇ ਚੱਲਣਾ ਪਏਗਾ। ਹੁਣ ਜਿਹੜੀ ਆਪਾਂ ਟਨਲ ਵਿੱਚੋਂ ਜਾ ਰਹੇ ਹਾਂ ਜੇ ਜੈਗੜ ਫੋਰਟ ਨੂੰ ਕਨੈਕਟ ਕਰਦੀ ਹੈ, ਵੀਡੀਓ ਸ਼ੁਰੂਆਤ 'ਚ ਗੱਲ ਕੀਤੀ ਸੀ ਕਿ ਪਰੇਡ ਹੁੰਦੀ ਸੀ ਸੈਨਾ ਦੀ,
ਅਤੇ ਸੈਨਾ ਇਸੇ ਰਸਤੇ ਦੀ ਉਹ ਜਲੇਬੀ ਚੌਂਕ ਦੇ ਵਿੱਚ ਜਾਂਦੀ ਸੀ। ਇਹ ਆ ਸੁਰੰਗ, ਇਹ ਹੈ ਜੀ ਉਹ ਸੁਰੰਗ ਜਿੱਥੋਂ ਸੈਨਾ ਪਰੇਡ ਕਰਨ ਲਈ ਜਾਂਦੀ ਹੁੰਦੀ ਸੀ। ਬਹੁਤ ਹੀ ਜ਼ਿਆਦਾ ਥੱਲੇ ਜਾ ਕੇ ਸੁਰੰਗ ਬਣੀ ਹੋਈ ਹੈ ਜੀ। ਤੁਸੀਂ ਜਦੋਂ ਇੱਥੇ ਆਉਂਗੇ ਤਾਂ ਕਾਫੀ ਐਡਵੈਂਚਰ ਵਿੱਚ ਤੁਹਾਡੀ ਰਹੇਗੀ। ਜਿਹੜੀ ਆਪਾਂ ਸੁਰੰਗ ਦੀ ਹੁਣ ਆਪਾਂ ਹੈਗੇ ਹਾਂ, ਇਹ ਸੈਨਾ ਦੇ ਪਰੇਡ ਲਈ ਜਿਹੜੀ ਜਲੇਬੀ ਚੌਂਕ ਨੂੰ ਜਾਂਦੀ ਸੀ, ਉਹ ਇਸੇ ਤਰ੍ਹਾਂ ਦੇ ਰਾਣੀ ਜੈਕਟ ਫੋਰਟ ਵਿੱਚੋਂ ਅਮੀਰ ਫੋਰਟ ਦੇ ਵਿੱਚ ਐਂਟਰ ਹੁੰਦੀ ਸੀ। ਇਹ ਜਿਹੜੇ ਕੰਧਾਂ ਨੇ ਨਾ ਦੇਖੋ ਤੁਸੀਂ ਉਵੇਂ ਹੀ ਪੂਰੀਆਂ ਚੌੜੀਆਂ ਚੌੜੀਆਂ ਕੰਧਾਂ ਨੇ, ਜਾਨੀ ਕਈ ਕਈ ਫੁੱਟ ਦੀ ਕੰਧ ਆ ਜੇ ਚੌੜੀ, ਜਾਨੀ ਬਹੁਤ ਠੋਸ ਉਸ ਸਮੇਂ ਦੇ ਰਾਜੇ ਨੇ ਕਿਲੇ ਬਣਾਏ ਹੋਏ ਨੇ। ਤੁਸੀਂ ਵੀ ਜਦੋਂ ਕਦੇ ਆਓ ਜੈਪੁਰ ਸ਼ਹਿਰ ਨੂੰ ਘੁੰਮਣ ਤਾਂ ਇਹਨਾਂ ਕਿਲਿਆਂ ਨੂੰ ਜ਼ਰੂਰ ਦੇਖਿਓ ਵੀ ਰਾਜੇ ਸੀ ਜਿਹੜੇ ਆਪਣੀ ਸੁਰੱਖਿਆ ਲਈ ਕਿੰਨੇ ਪੁਖਤਾ ਪ੍ਰਬੰਧ ਕਰਕੇ ਰੱਖਦੇ ਸੀ। ਜਿਹੜੀ ਰਾਜੇ ਇਸ ਗੱਲ ਦਾ ਵੀ ਧਿਆਨ ਰੱਖਦੇ ਸੀ ਕੋਈ ਸਾਡੀ ਰਾਣੀਆਂ ਨੂੰ ਵੀ ਦੇਖ ਨਾ ਸਕੇ। ਤੁਸੀਂ ਪਿੱਛੇ ਵੀਡੀਓ ਦੇ ਵਿੱਚ ਦੇਖਿਆ ਹੋਣਾ ਆ ਜਿਹੜੀ ਕਿਲੇ ਨੂੰ ਇਸ ਤਰ੍ਹਾਂ ਮੇਨਟੇਨ ਕੀਤਾ ਜਾਂਦਾ ਸੀ। ਇਹ ਆ ਜੀ ਗਾਹਾਂ ਨੂੰ ਜਾਂਦਾ ਰਸਤਾ ਇਸ ਜਗ੍ਹਾ ਤੋਂ ਕਲੋਜ਼ ਹੋਇਆ ਆ, ਇਹ ਆ ਸੁਰੰਗ ਜੀ। ਜਦੋਂ ਕਦੇ ਵੀ ਆਓ ਤਾਂ ਇਸ ਸੁਰੰਗ ਨੂੰ ਜ਼ਰੂਰ ਦੇਖਿਓ ਜੀ। ਹੁਣ ਜਿਹੜੇ ਸੀ ਰੋਸ਼ਨਦਾਨ ਦੇਖ ਰਹੇ ਹੋ, ਤੁਸੀਂ ਇਹਨਾਂ ਦਾ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਸੁਰੰਗ ਦੀ ਕੰਧ ਕਿੰਨੀ ਚੌੜੀ ਹੁੰਦੀ ਹੈ। ਇਹ ਇਸ ਕਰਕੇ ਬਣਾਏ ਗਏ ਸੀ ਤਾਂ ਕਿ ਸੁਰੰਗ ਦੇ ਵਿੱਚ ਕੋਈ ਵੀ ਘੁੱਟਣ ਨਾ ਹੋਵੇ ਅਤੇ ਆਕਸੀਜਨ ਦਾ ਪ੍ਰੋਪਰ ਪ੍ਰਬੰਧ ਰਹੇ। ਹੁਣ ਜੀ ਆਪਾਂ ਇਸ ਟਨਲ ਨੂੰ ਵਿਜ਼ਿਟ ਕਰ ਲਿਆ ਅਤੇ ਹੁਣ ਆਪਾਂ ਬਾਹਰ ਚੱਲਦੇ ਹਾਂ ਅਮੇਰ ਪੈਲਸ ਨੂੰ। ਬਣੇ ਰਹੇ ਸਾਡੇ ਨਾਲ ਪੂਰੀ ਵੀਡੀਓ ਦੇ ਐਂਡ ਤੱਕ ਜੀ। ਹੁਣ ਆਪਾਂ ਉਹ ਕੜਾਹੀ ਦੇਖਾਂਗੇ ਜਿਹਦੇ ਵਿੱਚ ਐਸ਼ਵਰਿਆ ਰਾਏ ਨੇ ਜੋਧਾ ਅਕਬਰ ਮੂਵੀ ਦੇ ਵਿੱਚ ਖਾਣਾ ਤਿਆਰ ਕੀਤਾ ਸੀ। ਇਹ ਉਸ ਸਮੇਂ 'ਤੇ ਹੀ ਜਦ ਸ਼ੂਟ ਹੋਇਆ ਉਦੋਂ ਰੱਖੇ ਗਏ ਸੀ ਅਤੇ ਹੁਣ ਤੱਕ ਇਹਨਾਂ ਨੂੰ ਇੱਦਾਂ ਪ੍ਰਿਜ਼ਰਵ ਕਰਕੇ ਰਿਜ਼ਰਵ ਕਰਕੇ ਰੱਖਿਆ ਗਿਆ ਜੀ। ਇਹ ਹੈ ਜੀ ਉਹ ਕੜਾਹੀ, ਇੱਕ ਇਹ ਹੈ ਅਤੇ ਇੱਕ ਆਹ ਹੈ ਜੀ। ਇਹਨਾਂ ਦਾ ਸਾਈਜ਼ ਦੇਖੋ ਕੜਾਹੀਆਂ ਦੇ ਕਿੱਡੇ ਕਿੱਡੇ ਬਣੇ ਵੱਡੇ ਨੇ ਇਹ। ਹੁਣ ਆਪਾਂ ਚੱਲਦੇ ਹਾਂ ਜੀ ਅੱਗੇ ਨੂੰ। ਉਸ ਸਮੇਂ ਜਿਹੜਾ ਤੁਸੀਂ ਆ ਦੇਖ ਰਹੇ ਹੋ ਮੀਨਾ ਬਾਜ਼ਾਰ ਇਸ ਜਗ੍ਹਾ ਉੱਪਰ ਲਗਾਇਆ ਜਾਂਦਾ ਸੀ, ਲੱਗਦਾ ਸੀ। ਅਤੇ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਇਹ ਸਕਲਪਚਰ, ਬਹੁਤ ਹੀ ਸੋਹਣਾ ਬਣਾਇਆ ਹੋਇਆ ਜੀ ਦੋਨੋਂ ਸਾਈਡ 'ਤੇ। ਉੱਪਰ ਲਿਖਿਆ ਹੋਇਆ ਆਰਟ ਗੈਲਰੀ। ਹੁਣ ਤੁਸੀਂ ਮਟਕਾ ਦੇਖ ਸਕਦੇ ਹੋ ਜੋ ਕਿ ਬਹੁਤ ਹੀ ਪੁਰਾਣਾ ਹੈ ਅਤੇ ਇਹ ਪੁੱਠਾ ਕਰਕੇ ਰੱਖਿਆ ਹੋਇਆ। 500-550 ਲੀਟਰ ਦਾ ਇਹ ਕਪੈਸਿਟੀ ਦਾ ਮਟਕਾ ਹੈ ਜੀ, ਤੁਸੀਂ ਦੇਖ ਸਕਦੇ ਹੋ। ਹੁਣ ਆਪਾਂ ਚੱਲਦੇ ਹਾਂ ਅੱਗੇ ਨੂੰ ਜੀ, ਅਤੇ ਤੁਸੀਂ ਜੇ ਇੱਥੇ ਕਰੰਸੀ ਚੇਂਜ ਕਰਾਉਣੀ ਹੋਵੇ ਤਾਂ ਕਰਵਾ ਸਕਦੇ ਹੋ, ਅਤੇ ਆਪਾਂ ਅੱਗੇ ਨੂੰ ਚੱਲਾਂਗੇ। ਇਹ ਲਾਖ ਮਟੀਰੀਅਲ ਦਾ ਐਲੀਫੈਂਟ ਬਣਿਆ ਹੋਇਆ ਆ, 50 ਰੁਪੀਜ਼ ਆਦੀ ਇੱਕ ਦੀ ਕੀਮਤ, ਜਾਣੀ ਊਂ ਤਾਂ ਹਾਥੀ ਬਹੁਤ ਮਹਿੰਗੇ ਨੇ ਕਈ ਕਈ ਲੱਖ ਦੇ ਨੇ, ਪਰ ਆਪਾਂ 50 ਰੁਪਏ ਦੇ ਵਿੱਚ ਹਾਥੀ ਇਸ ਜਗ੍ਹਾ ਤੋਂ ਲਿਜਾ ਸਕਦੇ ਹਾਂ ਜੀ। 1 ਲੱਖ ਦਾ ਹਾਥੀ 50 ਰੁਪਏ, 1 ਲੱਖ ਦਾ ਹਾਥੀ 50 ਰੁਪਏ 'ਚ ਆਹ ਵੀਰ ਵੇਚਦਾ ਆ। ਮੀਨਾ ਬਾਜ਼ਾਰ ਸਟਾਰਟ ਹੁੰਦਾ ਸੀ ਅਤੇ ਇਸ ਜਗ੍ਹਾ ਪੂਰਾ ਕ੍ਰੋਸ ਹੁੰਦਾ ਸੀ ਮੀਨਾ ਬਾਜ਼ਾਰ, ਇਸੇ ਤਰ੍ਹਾਂ ਮੀਨਾ ਬਾਜ਼ਾਰ ਨੂੰ ਲਗਾਇਆ ਜਾਂਦਾ ਸੀ। ਹੁਣ ਆਪਾਂ ਦੇਖ ਸਕਦੇ ਹਾਂ ਜੀ 3 ਜੇਲ, 3 ਪ੍ਰਿਜ਼ਨਸ, 1-2-3 ਨੇ ਜੀ ਹੁਣ, ਪਰ ਗਵਰਨਮੈਂਟ ਨੇ ਇਹਨਾਂ ਨੂੰ ਐਜ਼ ਅ ਟੋਇਲੇਟ 'ਚ ਕਨਵਰਟ ਕਰ ਦਿੱਤਾ।
ਤੇ ਤੁਸੀਂ ਦੇਖ ਸਕਦੇ ਹੋ, ਤੁਸੀਂ ਦੇਖ ਚੁੱਕੇ ਹੋ। ਹੁਣ ਆਪਾਂ ਥੋੜੀ ਗੱਲ ਕਰਦੇ ਆਂ ਆਮੇਰ ਪੈਲਸ ਦੀ ਹਿਸਟਰੀ ਬਾਰੇ। ਆਮੇਰ ਪੈਲਸ ਦਾ ਨਿਰਮਾਣ 1589 ਦੇ ਵਿੱਚ ਰਾਜਾ ਸਵਾਈ ਮਾਨ ਸਿੰਘ ਦੁਆਰਾ ਸ਼ੁਰੂ ਕੀਤਾ ਗਿਆ ਸੀ ਤੇ 137 ਸਾਲ ਲੱਗੇ ਸੀ ਇਸ ਆਲੀਸ਼ਾਨ ਕਿਲੇ ਨੂੰ ਬਣਾਉਣ ਦੇ ਲਈ। 3 ਰਾਜਿਆਂ ਨੇ ਕੰਟਰੀਬਿਊਟ ਕੀਤਾ ਸੀ ਤੇ ਇਹ ਤੋਂ ਪਹਿਲਾਂ ਜਿਹੜੇ ਰਾਜੇ ਸੀਗੇ ਰਾਜਾ ਭਾਰਮਲ, ਤਾਂ ਉਹਨਾਂ ਨੇ ਆਮੇਰ ਵਿਲੇਜ ਦੀ ਸਥਾਪਨਾ ਕੀਤੀ ਸੀ। ਸਾਰਿਆਂ ਨੂੰ ਪਹਿਲਾਂ ਮਾਨ ਸਿੰਘ ਜੀ ਨੇ ਪਹਿਲੇ ਸਾਰਿਆਂ ਨੂੰ ਪਹਿਲਾਂ ਜੀ ਇੱਕ ਪਿੰਡ ਬਣਿਆ ਹੋਇਆ ਆ। ਇਸ ਪਿੰਡ ਤੋਂ ਬਾਅਦ ਆਹ ਜਿਹੜਾ ਆਪਾਂ ਕਿਲਾ ਦੇਖਿਆ ਪਿੱਛੇ, ਫਿਰ ਇਹ ਕਿਲਿਆ ਬਣਾਇਆ ਸੀ। ਤੇ ਤੁਸੀਂ ਇੱਕ ਗੱਲ ਹੋਰ ਦੇਖੋ, ਇੱਥੇ ਨਾ ਮੀਰਾ ਮੰਦਿਰ ਆ, ਜਿਹੜੀ ਮੰਦਿਰ ਬਹੁਤ ਜ਼ਿਆਦਾ ਬਣੇ ਹੋਏ ਨੇ, ਪੁਰਾਣੇ ਮੰਦਿਰ ਨੇ, ਕੋ ਸਾਹਮਣੇ ਤੁਸੀਂ ਮੰਦਿਰ ਦੇਖ ਸਕਦੇ ਹੋ। ਆਪਾਂ ਸਭ ਨੇ ਮਿਲ ਕੇ ਵਿਜ਼ਿਟ ਕਰ ਲਿਆ ਹੈ ਆਮੇਰ ਪੈਲਸ ਨੂੰ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ। ਜੇਕਰ ਤੁਹਾਡੀ ਕੋਈ ਸੁਜੈਸ਼ਨ ਹੈ ਜਾਂ ਕੋਈ ਕੁਐਸਚਨ ਹੈ ਤਾਂ ਕਮੈਂਟ ਦੇ ਵਿੱਚ ਤੁਸੀਂ ਪੁੱਛ ਸਕਦੇ ਹੋ। ਸਾਡੇ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਕੇ ਆਲ ਪ੍ਰੈਸ ਕਰ ਲਿਓ ਤੇ ਬਣੇ ਰਹੋ ਸਾਡੇ ਨਾਲ ਇਸ ਪਿੰਕ ਸਿਟੀ ਜੈਪੁਰ ਦੀ ਪੂਰੇ ਪਲੇਲਿਸਟ ਦੇ ਵਿੱਚ ਹੀ। ਹੁਣ ਆਪਾਂ ਚੱਲਾਂਗੇ ਅਗਲੀ ਪਲੇਸ ਵੱਲ ਨੂੰ, ਸਾਡੇ ਨਾਲ ਬਣੇ ਰਹੋ ਤਦ ਤੱਕ ਲਈ ਜੀ, ਬਾਏ। ਉਹ ਨੇ ਨਾ ਫੋਰਨਰ।